ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਦਾਸ ਭਾਈ ਦਲੀਪ ਸਿੰਘ ਫੱਕਰ ਅੱਜ ਆਪ ਜੀ ਦੇ ਸਮਕਸ਼ ਕੀਰਤਨ ਕਰਨ ਵਾਸਤੇ ਹਾਜ਼ਰ ਹੋਇਆ। ਦਾਸ ਅੱਜ ਤੋਂ 12 ਦਿਨ ਪਹਿਲਾਂ ਦਾਸ ਨੂੰ ਹਾਰਟ ਅਟੈਕ ਹੋ ਗਿਆ ਸੀ ਅਤੇ ਤਬੀਅਤ ਕਾਫੀ ਨਾਸਾਜ਼ ਹੋ ਗਈ, ਤਬੀਅਤ ਖਰਾਬ ਹੋ ਗਈ। ਪਰ ਸਤਿਗੁਰੂ ਜੀ ਨੇ, ਸ਼ਹੀਦਾਂ ਨੇ ਬਖਸ਼ਿਸ਼ ਕੀਤੀ, ਆਹ ਵੇਖੋ ਸਮਾਂ ਮਿਲ ਗਿਆ ਆਪ ਜੀ ਦੀ ਹਾਜ਼ਰੀ ਭਰਨ ਦਾ, ਸ਼ਹੀਦਾਂ ਦੀ ਉਸਤਤ ਕਰਨ ਦਾ ਸਮਾਂ ਮਿਲਿਆ। ਸਾਧ ਸੰਗਤ ਜੀ, ਸ਼ਹੀਦ ਬੜੀ ਮੁਸ਼ਕਲ, ਸ਼ਹੀਦੀ ਪਾਉਣੀ ਬੜੀ ਮੁਸ਼ਕਲ ਹੈ। ਸ਼ਹੀਦ ਹੋਣਾ ਉਹ ਮਾਂ ਧੰਨ ਹੈ ਜਿਹਦਾ ਪੁੱਤਰ ਸ਼ਹੀਦ ਹੈ, ਉਹ ਪਿਤਾ ਧੰਨ ਹੈ ਜਿਹਦਾ ਬੇਟਾ ਸ਼ਹੀਦ ਹੈ। ਸ਼ਹੀਦ ਹੋਣਾ ਬਹੁਤ ਮੁਸ਼ਕਲ ਬਾਤ ਹੈ, ਮਰਦੀ ਤਾਂ ਬਹੁਤ ਦੁਨੀਆ ਹੈ, ਮਰਨਾ ਬੜਾ ਮੁਸ਼ਕਲ ਹੈ। ਆਪਣੀ ਆਈ ਸਾਰੇ ਮਰ ਜਾਂਦੇ ਹਨ, ਪਰ ਮੌਤ ਲੱਭ ਕੇ ਆਪ ਕਹਿਣਾ ਵੀ ਬਈ ਆਓ ਸਾਹਮਣੇ, ਸਤਿ ਸੰਗਤ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਸਤਿ ਸੰਗਤ ਜੀ ਸ਼ਹੀਦ ਹੋਣ ਲਈ ਅੱਗੇ ਵੱਧ ਕੇ ਆਪਣਾ ਯੋਗਦਾਨ ਪਾਇਆ ਸ਼ਹੀਦੀ ਲਈ। ਸਤਿ ਸੰਗਤ ਜੀ, ਜੰਗ ਐਸਾ ਹੋਇਆ ਜਿਹੜਾ ਕਿਤੇ ਨਹੀਂ ਹੋ ਸਕਦਾ, ਇਹ ਦੁਬਾਰਾ ਹੋਇਆ ਜੇ। ਪਹਿਲਾਂ ਅੰਗਰੇਜ਼ ਨਾਲ ਹੋਇਆ ਸੀ ਜੰਗ, ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹ ਦੀਆਂ ਫੌਜਾਂ ਭਾਰੀਆਂ ਨੇ। ਸ਼ਾਹ ਮੁਹੰਮਦ ਆ ਇੱਕ ਸਰਦਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸ਼ਾਹ ਮੁਹੰਮਦ ਆ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਦਿੱਤੇ। ਸ਼ਾਹ ਮੁਹੰਮਦ ਆ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਦਿੱਤੇ। ਸ਼ਾਹ ਮੁਹੰਮਦ ਆ ਇੱਕ ਸਰਦਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸਾਧ ਸੰਗਤ ਜੀ, ਉਹ ਜਿੱਤ ਹੋਈ ਪਰ ਸਰਦਾਰ ਅਟਾਰੀ ਵਾਲੇ, ਸਾਧ ਸੰਗਤ ਜੀ, ਉਹ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਦਿੱਤੇ। ਸਾਧ ਸੰਗਤ ਜੀ, ਉਹ ਇੰਨੀ ਕੁ ਤਲਵਾਰ ਚਲਾਈ ਜਿਨ੍ਹਾਂ ਨੇ ਸਾਧ ਸੰਗਤ ਜਦੋਂ ਸੰਸਕਾਰ ਹੋਣ ਲੱਗਾ ਨਾ, ਤਲਵਾਰ ਹੱਥ ਚੋਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਕਿ ਹੱਥ ਖੋਲ੍ਹ ਲਿਆ ਜਾਏ, ਪਰ ਨਹੀਂ, ਗੁਰੂ ਕੇ ਸਿੰਘ ਨੇ, ਗੁਰੂ ਕੇ ਪਿਆਰੇ ਨੇ ਸ੍ਰੀ ਸਾਹਿਬ ਐਸੀ ਪਕੜੀ ਜਿਹੜੀ ਸੰਸਕਾਰ ਤੋਂ ਬਾਅਦ ਹੀ ਜਾ ਕੇ ਉਹ ਇਕੱਲੀ ਹੋਈ, ਹੱਥ ਚੋਂ ਖੋਲ ਨਹੀਂ ਸਕਿਆ ਕੋਈ ਗੱਲ ਕੇ ਆਖੋ ਸਤਨਾਮ ਜੀ ਵਾਹਿਗੁਰੂ। ਐਸੇ ਜਰਨੈਲ ਸਿੱਖ ਕੌਮ ਵਿੱਚ ਹੋਏ। ਧੰਨ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਗੁਰੂ ਰਾਮਦਾਸ ਅੱਗੇ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਤੁਹਾਡੀ ਸੁਲਤਾਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਮੈਂ ਤੁਹਾਡਾ ਅੰਮ੍ਰਿਤ ਛਕਿਆ ਹੈ ਤੇ ਤੁਹਾਡੇ ਬਜ਼ੁਰਗਾਂ ਦੀ ਧਰਤੀ ਦੀ ਕਦੇ ਵੀ ਮੈਂ ਨਹੀਂ ਵੇਖ ਸਕਦਾ। ਸਤਿ ਸੰਗਤ ਜੀ, ਲਕੀਰ ਕੱਢ ਦਿੱਤੀ, ਕਹਿਣ ਲੱਗੇ ਵੀ ਜਿਹਨੇ ਸ਼ਹੀਦ ਹੋਣਾ ਉਹ ਅੱਗੇ ਆ ਵੱਧ ਜਾਵੇ, ਉਹ ਇਹ ਲੈਣ ਪਾਰ ਕਰੇ, ਇਹ ਨਾ ਸੋਚਿਆ ਜੇ ਸ਼ਾਮ ਨੂੰ ਘਰ ਮੁੜ ਆਵਾਂਗੇ, ਨਾ ਨਾ। ਕਹਿਣ ਲੱਗੇ ਬਾਬਾ ਜੀ, ਉਹ ਜਿਹਨੇ ਸਿਰ ਜਾਣਾ ਉਹ ਮੇਰੇ ਨਾਲ ਤੁਰ ਪਵੇ। ਸਤਿ ਸੰਗਤ ਜੀ, ਉਹ ਤੇਰੀ ਸਿੱਖੀ ਦੀ ਸਦਕ ਵਾਲੀ ਹੱਦ ਹੋ ਗਈ, ਜਿਹੜੀ ਕੀਤੀ ਕੁਰਬਾਨੀ ਹੱਦੋਂ ਵੱਧ ਹੋ ਗਈ। ਰੰਬੀ ਸੀਸ ਚ ਵੱਜੇ ਸਿੰਘ ਸ਼ੇਰ ਵਾਂਗੂ ਗੱਜੇ, ਉਹ ਸ਼ਰਮ ਖਾਨ ਨਾ ਲੱਜੇ, ਕਿਸਮਤ ਵੱਧ ਹੋ ਗਈ। ਸਾਧ ਸੰਗਤ ਜੀ, ਉਹ ਸਿੰਘਾਂ ਨੇ ਪਰ ਆਪਣੀ ਏਨ ਨਹੀਂ ਛੱਡੀ। ਸਾਧ ਸੰਗਤ ਜੀ, ਸਿੰਘਾਂ ਨੇ ਸ਼ਹੀਦੀ ਪਾ ਕੇ ਧੰਨ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਅਰਦਾਸ ਕੀਤੀ ਸੀ ਨਾ, ਉਹ ਪੂਰਨ ਕੀਤੀ, ਆਪਣਾ ਸੀਸ ਗੁਰੂ ਰਾਮਦਾਸ ਦੇ ਚਰਨਾਂ ਚ ਸਾਧ ਸੰਗਤ ਜੀ ਉਹ ਵਾਰ ਦਿੱਤਾ, ਆਪਣਾ ਸੀਸ ਕਟਾ ਦਿੱਤਾ, ਪਰ ਆਪਣੇ ਆਪ ਨੂੰ ਸ਼ਹੀਦ ਕਰਵਾ ਲਿਆ, ਪਰ ਕਿਸੇ ਅੱਗੇ ਇਹ ਸਿਰ ਝੁਕਾਇਆ ਨਹੀਂ। ਸਾਧ ਸੰਗਤ ਜੀ, ਉਹ ਸ਼ਹੀਦਾਂ ਦੇ ਦਿਨ ਮਨਾਏ ਜਾ ਰਹੇ ਹਨ, ਉਹ ਉਸ ਟਕਸਾਲ ਚੋਂ ਧੰਨ ਬਾਬਾ ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਸਾਧ ਸੰਗਤ ਜੀ ਉਹ ਫਿਰ ਇੱਕ ਵਾਰੀ ਵਿਖਾ ਦਿੱਤਾ ਜਾਲਮਾਂ ਨੂੰ ਕਿ ਸਿੰਘਾਂ ਅੱਗੇ ਖਲੋਣਾ ਬੜਾ ਮੁਸ਼ਕਲ ਜੇ ਗੱਲ ਕੇ ਆਖੋ। ਸਾਧ ਸੰਗਤ ਜੀ, ਲੜਨਾ ਸਿਖਾਇਆ ਕਿੰਨਾ, ਅੱਜ ਜਿਨ੍ਹਾਂ ਦਾ ਦਿਨ ਹੈ ਨਾ, ਸਾਨੂੰ ਲੜਨਾ ਉਹਨਾਂ ਨੇ ਸਿਖਾਇਆ। ਜੇ ਕਈ ਇਹ ਸਮਝਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਪਕੜੀ, ਨਾ। ਸਤਿ ਸੰਗਤ ਜੀ, ਉਹ ਮੀਰੀ ਪੀਰੀ ਤਾਰ ਕਿਰਪਾਨ ਬੈਠੇ ਗਏ ਸ਼ੁਭ ਤਕ ਤਕਾਲ, ਬਾਬੇ ਬੁੱਢੇ ਨੇ ਆਖਿਆ ਸੀ ਮਾਤਾ ਤੁਸੀਂ ਪੁੱਤਰ ਲੈਣ ਆਏ ਹੋ ਤੇ ਪੁੱਤਰ ਤੇ ਉਹ ਤੁਹਾਡੇ ਘਰ ਹੋਣਾ, ਦੁਨੀਆਂ ਤੇ ਇੱਕ ਇੱਕ ਸ੍ਰੀ ਸਾਹਿਬ ਪਾਉਂਦੀ ਹੈ, ਦੁਨੀਆਂ ਇੱਕ ਤਲਵਾਰ ਪਹਿਨਦੀ ਹੈ,
ਇਹ ਦੋ ਤਲਵਾਰਾਂ ਦੇ ਮਾਲਕ ਹੋਣਗੇ, ਇੱਕ ਮੇਰੀ ਤੇ ਇੱਕ ਪੇਰੀ। ਸਤਿ ਸੰਗਤ ਜੀ, ਉਹ ਸੱਚੇ ਪਾਤਸ਼ਾਹ ਦਰਸ਼ਨੀ ਜਵਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਲੜਨਾ ਸਿਖਾਇਆ। ਜਦੋਂ ਪਿਤਾ ਸ਼ਹੀਦ ਹੋ ਗਏ ਨਾ, ਪਿਤਾ ਨੇ ਵੀ ਸਤਿ ਸੰਗਤ ਜੀ ਉਹ ਇੰਨੀ ਨਹੀਂ ਮੰਨੀ। ਪਿਤਾ ਨੇ ਆਖਿਆ ਨਾ ਭਾਈ, ਜੋ ਤੁਸੀਂ ਕਹਿੰਦੇ ਹੋ ਅਸੀਂ ਮੰਨਣ ਨੂੰ ਤਿਆਰ ਨਹੀਂ, ਜ਼ਰੂਰ ਤੱਤੀਆਂ ਤਵੀਆਂ 'ਤੇ ਬੈਠ ਜਾਵਾਂਗੇ, ਪਰ ਪਾਪੀ ਤੇਰਾ ਟਾਕਰਾ ਕਰਾਂਗੇ। ਉਹ ਧੰਨ ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਸਾਹਿਬ ਜੀ ਦੇ ਸਪੁੱਤਰ ਛੇਵੇਂ ਪਾਤਸ਼ਾਹ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰੂ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਸਤਿ ਸੰਗਤ ਜੀ, ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਆਖਿਆ ਬਈ ਮੈਨੂੰ ਖੀਣ ਖਾਬ ਦੇ ਗਰਦੇਲੇ ਨਹੀਂ ਚਾਹੀਦੇ, ਮੈਨੂੰ ਸੋਹਣੇ ਬਸਤਰ ਨਹੀਂ ਚਾਹੀਦੇ, ਉਹ ਮੈਨੂੰ ਭਾਲੇ ਚਾਹੀਦੇ ਨੇ, ਮੈਨੂੰ ਤਲਵਾਰਾਂ ਚਾਹੀਦੀਆਂ ਨੇ, ਮੈਨੂੰ ਬੰਦੂਕਾਂ ਚਾਹੀਦੀਆਂ ਨੇ, ਮੈਨੂੰ ਹਰ ਘਰ ਚੋਂ ਇੱਕ ਪੁੱਤਰ ਚਾਹੀਦਾ ਜਿਹੜਾ ਘੋੜ ਸਵਾਰ ਹੋਏ, ਮੈਂ 2200 ਘੋੜ ਸਵਾਰ ਦੀ ਫੌਜ ਬਣਾਉਣੀ। ਔਰ ਬਣਾਈ ਸਤਿ ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਟਾਕਰਾ ਕਰਨਾ ਸਿਖਾਇਆ। ਸਤਿ ਸੰਗਤ ਜੀ, ਵੇਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਤੋਂ ਸ਼ੁਰੂ ਹੋਇਆ ਤੇ ਗੁਰੂ ਨਾਨਕ ਨਾਮ ਲਿਆ ਜੀ। ਅਸੀਂ ਧੰਨ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਦੁੱਖ, ਸਤਿ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਨੇ ਜੇ ਵਾਹਿਗੁਰੂ ਨਾਮ, ਧੰਨ ਗੁਰੂ ਨਾਨਕ ਸਾਹਿਬ ਨੇ ਜੇ ਸਤਨਾਮ ਜਪਾਇਆ ਨਾ, ਧੰਨ ਗੁਰੂ ਅਰਜਨ ਸਾਹਿਬ ਤੱਕ ਸਾਰਿਆਂ ਨੇ ਵਾਹਿਗੁਰੂ ਨਾਮ ਜਪਾਇਆ। ਸਤਿ ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਜੇ ਅਸੀਂ ਸੰਤਾਂ ਤੇ ਸਿਪਾਹੀ ਵੀ ਹਾਂ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਡੇ ਅੰਦਰ ਸਪਿਰਿਟ ਭਰੀ, ਉੱਥੋਂ ਸ਼ੁਰੂ ਹੁੰਦਿਆਂ ਸਤਿ ਸੰਗਤ ਜੀ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ ਤੇ ਪਹਿਲਾਂ ਤਲਵਾਰ ਚਲਾ ਕੇ ਵਿਖਾਈ, ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਰੱਖਿਆ। ਆਪਣੇ ਬੱਚੇ ਵੀ ਸ਼ਹੀਦ ਕਰਵਾ ਕੇ ਆਓ ਜੀ। ਸਤਿ ਸੰਗਤ ਜੀ, ਜਿਨ੍ਹਾਂ ਦੇ ਗੁਰੂ ਸ਼ਹੀਦ ਹੋਣ, ਜਿਨ੍ਹਾਂ ਦੇ ਗੁਰੂ ਹੀ ਜਗਮੋਹ ਹੋਏਗਾ ਉਹਦਾ ਸਿੰਘ ਕੀ ਸ਼ਹੀਦ ਹੋਏਗਾ, ਉਹਦਾ ਸਿੱਖ। ਸਤਿ ਸੰਗਤ ਜੀ, ਮਰ ਜੀਵੜੇ ਸਾਡੇ ਗੁਰੂ ਤੇ ਸਾਡਾ ਜੀਵਨ ਵੀ ਮਰਜੀਵੜਾ ਹੋ ਗਿਆ, ਤਾਂ ਸਾਡੇ ਚੋਂ ਸ਼ਹੀਦ ਪੈਦਾ ਹੋਏ। ਸਤਿ ਸੰਗਤ ਜੀ, ਸਰਦਾਰ ਦਾ ਮਤਲਬ ਕੀ ਹੈ? ਜੋ ਸਰ ਕੋ ਧਾਰ ਪੇ ਰੱਖਦੇ ਉਸੇ ਸਰਦਾਰ ਕਹਿੰਦੇ ਹੈ। ਤੁਰਨ ਵਾਲਾ ਖੰਡੇ ਦੀ ਧਾਰ ਤੇ ਤੁਰਨ ਵਾਲਾ ਸਰਦਾਰ ਹੁੰਦਾ। ਗੱਜ ਕੇ ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਸਤਿ ਸੰਗਤ ਜੀ, ਦਾਸ ਦੀ ਤਬੀਅਤ ਨਸਾਜ ਹੋਣ ਦੇ ਕਾਰਨ ਥੋੜਾ ਜੇ ਕਿਤੇ ਕੋਈ ਘਾਟਾ ਰਹਿ ਜਾਏ ਤੇ ਬਖਸ਼ ਦੇਣਾ, ਕਿਉਂਕਿ ਦਾਸ ਖਾਨਦਾਨੀ ਕੀਰਤਨੀਆਂ ਹੈ। ਆਪ ਜੀ ਦੇ ਚਰਨ ਝਾੜਨ ਵਾਸਤੇ ਹਾਜ਼ਰ ਹੋਇਆ, ਆਓ ਸਮਾਂ ਹੋ ਗਿਆ। ਆਪ ਜੀ ਨੂੰ ਰਾਗ ਅਨੁਸਾਰ ਇੱਕ ਸ਼ਬਦ ਉਪਰੰਤ ਰੀਤ ਅਨੁਸਾਰ ਆਪ ਜੀ ਦੀ ਸੇਵਾ ਕਰਾਂਗੇ। ਮਰਦਾ
ਕੇ ਦੌਰ ਮਤ ਹਰ ਪੁੱਛੇ ਕੌਣ ਫਿਰ ਪੁੱਛੇ ਗੋਏ ਨਾ ਸਾਹਿਬ ਚੰਗੀ ਜੀ ਜਦੋਂ ਵਧਾਵਾ ਦੇ ਦਿੱਤਾ ਤਾਂ 40 ਮੁਕਤਿਆਂ ਨੇ ਤੇ ਸਤਿਗੁਰੂ ਜੀ ਦੇਖ ਰਹੇ ਸਨ ਜੰਗ ਹੋ ਰਿਹਾ ਸਿੱਖ ਸ਼ਹੀਦ ਹੋ ਰਹੇ ਹਨ ਸਾਧ ਸੰਗਤ ਜੀ ਗੁਰੂ ਕੇ ਸਿੰਘ ਪਿਆਰੇ ਸ਼ਹੀਦ ਹੋ ਰਹੇ ਨੇ ਤੇ ਕੀ ਤੱਕਿਆ ਮੈਦਾਨ ਵਿੱਚ ਜਦੋਂ ਸਤਿਗੁਰੂ ਨੇ ਜਾ ਕੇ ਵੇਖਿਆ ਕਿ ਮਹਾਂ ਸਿੰਘ ਦੇ ਸੀਸ ਨੂੰ ਤਲਵਾਰ ਵੱਜੀ ਹੋਈ ਸੀ ਜਿਸ ਵਕਤ ਸੀਸ ਭੇਟਾ ਕਰ ਦਿੱਤਾ ਤੇ ਸਾਧ ਸੰਗਤ ਉੱਤੇ ਗਏ ਤੇ ਵਾਪਸ ਤੋੜ ਦਿੱਤਾ ਗਿਆ ਕਹਿਣ ਲੱਗੇ ਬਈ ਤੁਸੀਂ ਤਾਂ ਮੁਕਰ ਹੋ ਗਏ ਆਪਣੇ ਗੁਰੂ ਤੋਂ ਜਿਹੜਾ ਮੁਕਰ ਗਿਆ ਉਹਨੂੰ ਥਾਂ ਨਹੀਂ ਮਿਲ ਸਕਦੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀਓ ਮਹਾਂ ਸਿੰਘ ਜੀ ਦੀ ਲੋਥ ਚੋਂ ਜਾਨ ਨਹੀਂ ਨਿਕਲ ਰਹੀ ਮਹਾਂ ਸਿੰਘ ਪਿਆਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇੜੇ ਹੋ ਕੇ ਜਾ ਕੇ ਮਹਾਂ ਸਿੰਘ ਜੀ ਦੀ ਅੱਖਾਂ ਚੱਖਾਂ ਪਾਈਆਂ ਤੇ ਆਖਿਆ ਸਾਧ ਸੰਗਤ ਕਹਿਣ ਲੱਗੇ ਮਹਾਂ ਸਿੰਘ ਜੀ ਕੀ ਗੱਲ ਏ ਜਾਨ ਨਹੀਂ ਨਿਕਲ ਰਹੀ ਕਹਿਣ ਲੱਗੇ ਸਤਿਗੁਰੂ ਬਖਸ਼ ਦਿਓ ਆਪ ਜੀ ਨਾਲ ਕਬੂਲ ਬੈਠ ਬੋਲ ਬੈਠੇ ਆ ਨਾ ਸਾਧ ਸੰਗਤ ਕਹਿਣ ਲੱਗੇ ਦਰਗਾਹ ਦੇ ਬੂਹੇ ਬੰਦ ਹੋ ਗਏ ਨੇ ਦਰਗਾਹ ਦੇ ਬੂਹੇ ਨਹੀਂ ਖੁੱਲ ਰਹੇ ਮਤ ਹਰ ਪੁੱਛੇ ਕੌਣ ਹੈ ਭਰਾ ਮਾਰੇ ਬਾਹਰ ਉਦੋਂ ਹੁੰਦਾ ਜੇ ਜਦੋਂ ਗੁਰੂ ਸਨਮੁਖ ਹੋ ਕੇ ਕਹੇ ਜੇ ਲੈ ਪੁੱਤਰਾ ਜਾ ਚਲਾ ਜਾ ਤੈਨੂੰ ਸਵਰਗ ਦਿੱਤਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀਓ ਮਹਾਂ ਸਿੰਘ ਜੀ ਨੇ ਸਤਿਗੁਰੂ ਜੀ ਨੂੰ ਆਖਿਆ ਕਹਿਣ ਲੱਗੇ ਮਹਾਂ ਸਿੰਘ ਜੀ ਕੀ ਕੀਤਾ ਜਾਏ ਕਹਿਣ ਲੱਗੇ ਸਤਿਗੁਰੂ ਜਿਹੜਾ ਆਪ ਜੀ ਨੇ ਕਬਰ ਕਸੇ ਚ ਬਦਾਵਾ ਰੱਖਿਆ ਨਾ ਉਹਨੂੰ ਪਾੜ ਦਿਓ ਮੇਰੀ ਜਾਨ ਨਹੀਂ ਨਿਕਲਦੀ ਪਈ ਮੇਰੇ ਨਾਲ ਦੇ ਸਿੰਘ ਵੀ ਸ਼ਹੀਦ ਤੇ ਹੋਏ ਨੇ ਪਰ ਉੱਤੇ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਸਾਧ ਸੰਗਤ ਜੀਓ ਸਤਿਗੁਰੂ ਜੀ ਨੇ ਬਦਾਵਾ ਪਾੜਿਆ ਤੇ ਮਹਾਂ ਸਿੰਘ ਦੀ ਜਾਨ ਨਿਕਲ ਗਈ ਸਾਧ ਸੰਗਤ ਜੀ ਫਿਰ ਖਿਤਾਬ ਦਿੱਤੇ ਕਹਿਣ ਲੱਗੇ ਮਹਾਂ ਸਿੰਘ ਪਿਆਰੇ ਤੁਸੀਂ ਬਖਸ਼ੇ ਗਏ ਹੋ ਸਾਰੇ ਉਹ ਫਕਰ ਸਿਰ ਜਿਹੜਾ ਵਾਰੇ ਉਹ ਮਨਜ਼ੂਰ ਹੋ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਦਾਦਾ ਭਾਈ ਗੁਰਮੁਖ ਸਿੰਘ ਜੀ ਫਕਰ ਨਹੀਂ ਇਹ ਦੋ ਬੋਲ ਲਿਖੇ ਕਹਿਣ ਲੱਗੇ ਮਹਾਂ ਸਿੰਘ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਜਾਂ ਮਾਂ ਸਿਆ ਤੈਨੂੰ ਦਰਗਾਹ ਚ ਜਗ੍ਹਾ ਕਿਉਂ ਨਹੀਂ ਮਿਲਣੀ ਤੂੰ ਮੇਰਾ ਸਿੱਖ ਹੈ ਉਹ ਮੇਰੇ ਪਿੱਛੇ ਸ਼ਹੀਦ ਹੋਇਆ ਤੈਨੂੰ ਜਗ੍ਹਾ ਮਿਲੇਗੀ ਤੇਰੇ ਨਾਲਦਿਆਂ ਨੂੰ ਵੀ ਮਿਲੇਗੀ ਕਹਿਣ ਲੱਗੇ ਮਾਂ ਸਿੰਘ ਪਿਆਰੇ ਉਹ ਤੁਸੀਂ ਬਖਸ਼ੇ ਗਏ ਹੋ ਸਾਰੇ ਉਹ ਫਕਰ ਸਿਰ ਜਿਹੜਾ ਵਾਰੇ ਉਹ ਮਨਜ਼ੂਰ ਹੋ ਗਿਆ ਸਾਧ ਸੰਗਤ ਜੀ ਮਨਜ਼ੂਰ ਹੋ ਗਿਆ ਜਗ੍ਹਾ ਮਿਲ ਗਈ ਦਰਗਾਹ ਚ ਕਬੀਰ ਕਹਿੰਦੇ ਨੇ ਕਬੀਰ ਮੋਏ ਮਰਨੇ ਕਾ ਚਾਹੋ ਮੈਨੂੰ ਮੈਂ ਵੀ ਮਰਨਾ ਚਾਹੁੰਦਾ ਮੈਂ ਵੀ ਸ਼ਹੀਦ ਹੋਣਾ ਚਾਹੁੰਦਾ ਸਤਿਗੁਰੂ ਜੀ ਨਹੀਂ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਂ ਵੀ ਸ਼ਹੀਦ ਹੋਣਾ ਚਾਹੁੰਦਾ ਪਰ ਕਹਿਣ ਲੱਗੇ ਨਹੀਂ ਅਕਾਲ ਪੁਰਖ ਦੀ ਆਵਾਜ਼ ਆਈ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਹਾਲੀ ਕਈਆਂ ਨੂੰ ਉਤਾਰਨਾ ਤੁਸੀਂ ਨਹੀਂ ਸ਼ਹੀਦ ਹੋਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੁੱਤਰ ਸ਼ਹੀਦ ਕਰਾ ਦਿੱਤੇ ਆਪ ਤਾੜੀ ਮਾਰ ਕੇ ਨਿਕਲ ਗਏ ਸਾਧ ਸੰਗਤ ਜੀ ਉੱਥੇ ਤਾੜੀ ਸਾਹਿਬ ਗੁਰਦੁਆਰਾ ਬਣਿਆ ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ ਨੇ ਸਾਧ ਸੰਗਤ ਜੀ ਕਬੀਰ ਕਹਿੰਦੇ ਨੇ ਮੋਏ ਮਰਨੇ ਕਾ ਚਾਓ ਹੈ ਪਰ ਉਹ ਤਾਂ ਹਰ ਕੇ ਦੁਆਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਤ ਐਸੀ ਬਾਤ ਹਾਂ ਸਤਿਗੁਰੂ ਕਹਿੰਦੇ ਫਿਰ ਪੁੱਛ ਨਹੀਂ ਹੋਏਗੀ ਜੇ ਸਤਿਗੁਰੂ ਜੇ ਆਪਣਾ ਗੁਰੂ ਜੇ ਸਿੱਖ ਕਾਮਲ ਹੈ ਫਿਰ ਉਹਨੂੰ ਕੋਈ ਪੁੱਛੇਗਾ ਨਹੀਂ ਪਈ ਕਿ ਤੂੰ ਕਿਹਦਾ ਸਿੱਖ ਹੈ ਫਿਰ ਪਤਾ ਲੱਗ ਜਾਏਗਾ ਕਿਉਂਕਿ ਸਾਧ ਸੰਗਤ ਜੀ ਉਹ 84 ਦੇ ਦੰਗਿਆਂ ਚ ਨਿਰੰਕਾਰੀਆਂ ਨੇ ਹੋਰ ਕਈਆਂ ਨੇ ਪੱਗਾਂ ਬੰਨੀਆਂ ਸਨ ਜਦੋਂ ਉਹ ਪਾਊਡਰ ਮਾਰ ਕੇ ਸਾੜਦੇ ਸਨ ਉਹਨਾਂ ਦੇ ਵਿੱਚੋਂ ਕਹਿੰਦੇ ਸਨ ਜੀ ਮੈਂ ਤੇ ਨਿਰੰਕਾਰੀ ਹਾਂ ਉਹ ਕਹਿੰਦੇ ਉਹ ਤੇਰੇ ਮੂੰਹ ਸਿਰ ਤੇ ਪੱਗ ਏ ਮੂੰਹ ਤੇ ਦਾੜੀ ਏ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਏ ਸਾਧ ਸੰਗਤ ਜੀ ਪਾਪੀਆਂ ਨੇ ਉਹਨਾਂ ਨੂੰ ਵੀ ਸਾੜਿਆ ਪਰ ਬੜੇ ਕਹਿੰਦੇ ਰਹੇ ਪਤਾ ਕੀ ਹੋਇਆ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਰੰਗਰੇਟੇ ਗੁਰੂ ਕੇ ਬੇਟੇ ਨੂੰ ਪੁੱਛਿਆ ਨਾ ਕਹਿਣ ਲੱਗੇ ਰਹੇ ਪੁੱਤਰ ਬਈ ਉੱਥੇ ਕਿਸੇ ਨੇ ਮੇਰੇ ਪਿਤਾ ਜੀ ਦਾ ਜਦੋਂ ਸੀਸ ਉੱਤਰ ਰਿਹਾ ਸੀ ਕਿਸੇ ਨੇ ਨਾ ਹਾ ਦਾ ਨਾਰਾ ਨਹੀਂ ਮਾਰਿਆ ਉਹ ਕਈ ਉੱਥੇ ਗੁਰੂ ਕਾ ਪਿਆਰਾ ਸਿੱਖ ਨਹੀਂ ਸੀ ਕਹਿਣ ਲੱਗੇ ਰੰਗਰੇਟਾ ਗੁਰੂ ਕਾ ਬੇਟਾ ਸਿਰ ਝੁਕਾ ਕੇ ਅੱਗੇ ਆਇਆ ਕਹਿਣ ਲੱਗਾ ਪਿਤਾ ਜੀ ਹੈ ਸਾਨੂੰ ਸਾਡੇ ਸਨ ਗੁਰੂ ਨਾਨਕ ਨਾਮ ਲੇਵਾ ਪਰ ਆਪਣਾ ਮੂੰਹ ਲਗਾ ਲਿਆ ਉਹ ਕਹਿਣ ਲੱਗੇ ਕੋਈ ਕੋਈ ਪਛਾਣ ਹੀ ਨਾ ਲਵੇ ਇਸ ਕਰਕੇ ਆਪਣੇ ਮੂੰਹ ਤੇ ਜਿਹੜੇ ਉਹਨਾਂ ਨੇ ਗਲ ਚ ਸਾਫੇ ਪਾਏ ਸਨ ਨਾ ਉਹਨਾਂ ਨਾਲ ਮੂੰਹ ਲਪੇਟ ਲਏ ਕਿ ਕੋਈ ਪਛਾਣ ਨਾ ਲਵੇ ਤੇ ਸਤਿ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਅੱਛਾ ਪੁੱਤਰ ਮੈਂ ਐਸਾ ਪੰਥ ਸਾਜਾਂਗਾ ਮੈਂ ਐਸਾ ਖਾਲਸਾ ਸਾਜਾਂਗਾ ਜਿਹੜਾ ਚੜ੍ਹਦੇ ਤੋਂ ਲਹਿੰਦੇ ਤੱਕ ਘੁਆ ਦੇਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿ ਸੰਗਤ ਜੀ ਕਹਿਣ ਲੱਗੇ ਉਹ ਲੱਖਾਂ ਚ ਖਲੋਤਾ ਨਜ਼ਰ ਆਏਗਾ ਦੁਨੀਆਂ ਕਹੇਗੀ ਇਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਏ ਇਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਏ ਸਾਧ ਸੰਗਤ ਜੀਓ ਐਸਾ ਖਾਲਸਾ ਤਿਆਰ ਕੀਤਾ ਸਾਧ ਸੰਗਤ ਜੀ 99 ਦੀ
ਵਿਸਾਖੀ ਨੂੰ ਸਤਸੰਗ ਜੀ ਉਹ 1699 ਦੀ ਵਿਸਾਖੀ ਨੂੰ ਆਪ ਸਤਿਗੁਰੂ ਜੀ ਨੇ ਅੱਗੇ ਹੋ ਕੇ ਬਾਟਾ ਤਿਆਰ ਕੀਤਾ ਮਾਤਾ ਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਮਾਤਾ ਜੀ ਅੱਜ ਤੱਕ ਦਸਮ ਗੁਰੂ ਦਸ ਗੁਰੂ ਆਏ ਨੇ ਨੌ ਗੁਰੂ ਆਏ ਨੇ ਤੁਹਾਡੇ ਘਰੋਂ ਹੀ ਕਦੀ ਤੇ ਬੈਠੇ ਨੇ ਪਰ ਇੰਜ ਤਲਵਾਰ ਲੈ ਕੇ ਕੋਈ ਸਟੇਜ ਤੇ ਨਹੀਂ ਆਇਆ ਇੰਜ ਕੋਈ ਸ੍ਰੀ ਸਾਹਿਬ ਲੈ ਕੇ ਸਟੇਜ ਤੇ ਨਹੀਂ ਆਇਆ ਤੁਹਾਡੇ ਪੁੱਤਰ ਨੇ ਤਾਂ ਸਿਰ ਮੰਗ ਲਏ ਨੇ ਸਤਸੰਗ ਜਿਹੜੇ ਕੱਚੇ ਪਿੱਲੇ ਸਨ ਦੌੜ ਗਏ ਸਤਸੰਗ ਤੇ ਜਿਹੜੇ ਗੁਰੂ ਕੇ ਪਿਆਰੇ ਜਿਹੜੇ ਗੁਰੂ ਕੇ ਪੱਕੇ ਸਿੱਖ ਸਨ ਜਿਹੜੇ ਤੁਹਾਡੇ ਵਰਗੇ ਜਿਹੜਾ ਖਾਲਸਾ ਸੀ ਜਿਹੜਾ ਖਾਲਸਾ ਬਣਨ ਨੂੰ ਤਿਆਰ ਸੀ ਸਤਸੰਗ ਜੀ ਅੰਦਰ ਵੀ ਜਦ ਤੱਕ ਜਿਹਨੇ ਗੁਰੂ ਨਾਨਕ ਦੇ ਚਰਨਾਂ ਦੀ ਪੌਲ ਪੱਕੇ ਤਰੀਕੇ ਨਾਲ ਲਿੱਤੀ ਹੋਈ ਸੀ ਨਾ ਗੁਰੂ ਨਾਨਕ ਨੇ ਚਰਨਾਂ ਦੀ ਪੌਲ ਦਿੱਤੀ ਨੌ ਪਾਤਸ਼ਾਹ ਨੇ ਤੱਕ ਚਰਨਾਂ ਦੀ ਪੌਲ ਚੱਲੀ ਹੈ ਤੇ ਜਿਹੜੇ ਸੱਚੇ ਦਿਲ ਨਾਲ ਪੌਲ ਲੈਂਦੇ ਸਨ ਨਾ ਉਹ ਅੰਮ੍ਰਿਤ ਛਕਣ ਲਈ ਵੀ ਤਿਆਰ ਹੋਏ ਉਹ ਅੱਗੇ ਅੱਗੇ ਹੋ ਕੇ ਕਹਿੰਦੇ ਤੇਰੀ ਤਿੱਖੀ ਤੇਗ ਚਮਕਦੀ ਦਾ ਇੱਕ ਵਾਰ ਜਰਨ ਨੂੰ ਜੀ ਕਰਦਾ ਤੇਰੇ ਸੋਹਣੀਆਂ ਚਰਨਾਂ ਕਮਲਾਂ ਤੋਂ 100 ਵਾਰ ਜਰਨ ਨੂੰ ਜੀ ਕਰਦਾ ਇਹ ਸਤਿਗੁਰੂ ਕਿਰਪਾ ਨਿਧਾਨ ਕਿਰਪਾ ਕਰੋ ਕਹਿਣ ਲੱਗੇ ਅੱਛਾ ਪੁੱਤਰ ਤੇਰਾ ਨਾਂ ਕੀ ਹੈ ਕਹਿੰਦੇ ਜੱਟ ਮੈਂ ਹਸਤਨਾਪੁਰ ਦਾ ਵਾਸੀ ਹਾਂ ਦੇਖੋ ਜਿਹਨਾਂ ਨੇ ਅੰਮ੍ਰਿਤ ਛਕਣਾ ਸੀ ਉਸ ਟਾਈਮ ਵੀ ਜੋਸ਼ ਵਿਖਾਇਆ ਸ਼ਹੀਦ ਉਹੀ ਹੋ ਸਕਦਾ ਹੈ ਜਿਹੜਾ ਮਰ ਜੀਵੜਾ ਤੇ ਮਰ ਜੀਵੜੀ ਕੌਮ ਤਿਆਰ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਦਾ ਕਟਆਊਟ ਵੇਖ ਰਿਹਾ ਸੀ ਸਤਿਗੁਰੂ ਜਿਹੜੇ ਤੰਬੂ ਚ ਲਿਜਾ ਕੇ ਸੀਸ ਜੁਦਾ ਕਰਦੇ ਸਨ ਉਹਦੇ ਪਿਛਲੇ ਪਾਸੇ ਖਲੋਤਾ ਸੀ ਉਹ ਔਰੰਗਜ਼ੇਬ ਕੋਲ ਪਹੁੰਚਿਆ ਸਤਸੰਗ ਜੀ ਔਰੰਗਜ਼ੇਬ ਨੇ ਕਿਹਾ ਹਾਂ ਵੀ ਤੂੰ ਆਇਆ ਹੈ ਕੀ ਖਬਰ ਲਿਆਇਆ ਕਹਿਣ ਲੱਗੇ ਸ਼ਹਿਨਸ਼ਾਹ ਜਿੱਧਰ ਨੂੰ ਮੂੰਹ ਇਹਨਾਂ ਉੱਧਰ ਨੂੰ ਹੀ ਭੱਜ ਜਾ ਗੱਜ ਕੇ ਅੱਖ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਲੱਗਾ ਓਏ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਵਾਂ ਮੈਨੂੰ ਕਿਸੇ ਕੋਲੋਂ ਕੀ ਡਰ ਹੈ ਤੂੰ ਕੀ ਕਹਿੰਦਾ ਪਿਆ ਕਹਿਣ ਲੱਗੇ ਨਹੀਂ ਤੂੰ ਜਿਹਦੇ ਨਾਲ ਟਾਕਰਾ ਲਿਆ ਕੋਈ ਆਮ ਆਦਮੀ ਨਹੀਂ ਹੈ ਗੱਜ ਕੇ ਆਖੋ ਗੁਰੂ ਨਾਨਕ ਦਾ ਰੂਪ ਹੈ ਉਹ ਗੁਰੂ ਨਾਨਕ ਉਹ ਅਕਾਲ ਪੁਰਖ ਦਾ ਉਹ ਅੱਲਾ ਦਾ ਰੂਪ ਹੈ ਗੱਜ ਕੇ ਆਖੋ ਮੈਂ ਆਪ ਵੇਖ ਕੇ ਆਇਆ ਵਾ ਉਹ ਤੇ ਸਿਰ ਲਾਂਦਾ ਵੀ ਤੇ ਸਿਰ ਦੇ ਵੀ ਦਿੰਦਾ ਗੱਜ ਕੇ ਆਖੋ ਫਿਰ ਸੁਰਜੀਤ ਕਰਕੇ ਖਿਲਾਰ ਦਿੰਦਾ ਹੈ ਮੈਂ ਪੰਜਾਂ ਦੇ ਸਿਰ ਲੈਂਦੇ ਵੇਖੇ ਨੇ ਤੇ ਪੰਜਾਂ ਨੂੰ ਸੁਰਜੀਤ ਹੁੰਦਿਆਂ ਵੇਖੇ ਉਹਦੇ ਉਹਨੇ ਮਰਜ਼ੀ ਉੜੀ ਕੌਮ ਤਿਆਰ ਕਰ ਲਈ ਏ ਜਾਂ ਬਾਦਸ਼ਾਹ ਜਿੱਧਰ ਨੂੰ ਵੀ ਭਾਜਾ ਸਤਸੰਗ ਔਰੰਗਜ਼ੇਬ ਇੱਕ ਵਾਰੀ ਦਹਿਲ ਗਿਆ ਡਰ ਗਿਆ ਹੈਰਾਨ ਹੋ ਗਿਆ ਕਹਿਣ ਲੱਗਾ ਵੇ ਸੱਚ ਹੈ ਕਹਿੰਦੇ ਹਾਂ ਮੈਂ ਅੱਖਾਂ ਨਾਲ ਵੇਖ ਕੇ ਆਇਆ ਕਹਿੰਦੇ ਮੈਂ ਹਸਤਨਾਪੁਰ ਦਾ ਵਾਸੀ ਹਾਂ ਪਰ ਜੱਟ ਧਰਮਾਂ ਮੈਨੂੰ ਕਹਿੰਦੇ ਨੇ ਸਿਰ ਸੋਹਣੇ ਸਦਕੇ ਸਿਰ ਸਦਕੇ ਸੋਹਣੀ ਕੀਮਤ ਤੋਂ 100 ਵਾਰ ਜਰਨ ਨੂੰ ਜੀ ਕਰਦਾ ਕਹਿਣ ਲੱਗੇ ਅੱਛਾ ਕਹਿੰਦੇ ਜਾਓ ਫਿਰ ਕੀ ਕਰਨਾ ਕਹਿੰਦੇ ਲੈ ਚਲੋ ਮਹਾਰਾਜ ਇੱਧਰ ਲਿਜਾਣਾ ਜੇ ਕਹਿੰਦੇ ਤੰਬੂ ਵਿੱਚ ਖੜ ਕੇ ਮਾਰੋ ਤੇਗ ਫੜ ਕੇ ਮੈਂ ਗਰਦਨ ਤਦੇ ਝੁਕਾਈ ਇਹ ਗੁਰੂ ਤੋਂ ਸਿੱਖੀ ਪਾਉਂਦੇ ਗੱਜ ਕੇ ਆਖੋ ਐਸੇ ਸਿੱਖ ਪੈਦਾ ਹੋਏ ਸਿੱਖ ਸੰਤ ਸਿੰਘ ਬਣ ਗਏ ਜੇ ਸਿੱਖ ਹੀ ਨਹੀਂ ਹੋਇਆ ਜਿਹਨੇ ਸੇਵਾ ਹੀ ਨਹੀਂ ਕੀਤੀ ਜਿਹੜਾ ਕਦੀ ਗੁਰਦੁਆਰੇ ਹੀ ਨਹੀਂ ਆਇਆ ਉਹਨੇ ਕੀ ਸ਼ਹੀਦੀਆਂ ਪਾਣੀਆਂ ਨੇ ਸਤਸੰਗ ਜੀ ਜਿਹਨੇ ਗੁਰੂ ਦੀ ਬਾਣੀ ਹੀ ਨਹੀਂ ਪੜ੍ਹੀ ਸਭ ਤੋਂ ਪਹਿਲਾਂ ਰਾਹ ਜੇ ਨਮਸਕਾਰ ਕਰਨੀ ਗੁਰਦੁਆਰੇ ਆਉਣਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਨਮਸਕਾਰ ਕਰੇਗਾ ਬਾਣੀ ਪੜ੍ਹੇਗਾ ਉਹਦੇ ਅੰਦਰ ਹੀ ਹੈ ਜੋ ਜਜ਼ਬਾ ਪੈਦਾ ਹੋਏਗਾ ਜਿਹੜਾ ਉੱਤੋਂ ਵਾਰੀ ਦੀ ਬਾਹਰੋਂ ਹੀ ਮੱਥਾ ਟੇਕ ਕੇ ਲੱਗ ਜਾਂਦਾ ਅੱਛਾ ਜੀ ਕੱਲ੍ਹ ਆ ਜਾਣਾ ਉਹ ਨਹੀਂ ਜੇ ਕਾਮਯਾਬ ਗੱਜ ਕੇ ਆਖੋ ਸਤਸੰਗ ਜੀ ਸ਼ਹੀਦ ਹੋਣ ਲਈ ਪਹਿਲਾਂ ਤਿਆਰੀਆਂ ਕਰਨੀਆਂ ਪੈਂਦੀਆਂ ਪਹਿਲਾਂ ਸਿੱਖ ਬਣਨਾ ਪੈਂਦਾ ਸਿੱਖ ਕੀ ਜਿਹੜਾ ਬਾਣੀ ਪੜ੍ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਸੱਚੇ ਕਹਿੰਦੇ ਨੇ ਆਸਾ ਮੱਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਬਾਣੀ ਪਹਿਲੀ ਪਹਿਲੀ ਪਹਿਲਾ ਵਾਹ ਜਿਹੜਾ ਬਾਣੀ ਪੜ੍ਹੇਗਾ ਉਹਦਾ ਦਿਲ ਪੱਕਾ ਹੋਏਗਾ ਵੇਖ ਲਓ ਤੁਸੀਂ ਮੇਰਾ ਕੀਰਤਨ ਸੁਣ ਲੈਂਦੇ ਹੋ ਮੈਨੂੰ ਹਾਰਟ ਅਟੈਕ ਹੋਇਆ ਬਾਣੀ ਪੜ੍ਹ ਕੇ ਪੜ੍ਹਨ ਲੱਗਿਆ ਮੈਨੂੰ ਕੁਝ ਨਹੀਂ ਦੇ ਹੋ ਰਿਹਾ ਬਾਅਦ ਚ ਵੀ ਤੁਹਾਡੀ ਕਿਰਪਾ ਨਾਲ ਸਤਿਗੁਰੂ ਕਿਰਪਾ ਹੀ ਰੱਖੇਗਾ ਇਹ ਸ਼ਹੀਦ ਮੇਰੇ ਕੋਲੋਂ ਕੀਰਤਨ ਕਰਾ ਰਹੇ ਹਨ ਸਤਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਜਿਹੜਾ ਹੈ ਬੋਲਦਾ ਹੈ ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਅੰਮ੍ਰਿਤ ਬਣੇਗਾ ਕਿਵੇਂ ਅੰਮ੍ਰਿਤ ਛਕਣ ਲਈ ਤਿਆਰੀ ਕੀ ਕਰਨੀ ਕਹਿੰਦੇ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਗ ਵਖਾਣੀ ਜਪ ਜਪ ਨਾਮ ਮਨ ਭਿਆ ਆਨੰਦਾ ਸਤ ਸਤ ਸਤਿਗੁਰੂ ਨਾਮ ਕਿਰਪਾ ਕਿਹਦੀ ਹੋਏਗੀ ਸਤਿਗੁਰੂ ਉਹ ਸਤਿਗੁਰੂ ਕਿਰਪਾ ਕਰਨ ਤੇ ਨਾਮ ਵਾਹਿਗੁਰੂ ਕਹਿਣਾ ਜੀ ਬੜਾ ਮੁਸ਼ਕਿਲ ਜੇ ਦੁਨੀਆਂ ਨਾਸਤਕ ਹੈ ਵਾਹਿਗੁਰੂ ਕਹਿੰਦੀ ਹੀ ਨਹੀਂ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਵਾਹਿਗੁਰੂ ਕਹਿੰਦਾ ਇਹ ਆਸਤਕ ਹੈ ਉਹ ਆਸਾ ਰੱਖਦਾ ਹੈ ਨਹੀਂ ਤੇ ਨਾਸਤਕ ਨੇ ਦੁਨੀਆਂ ਉੱਠਦੇ ਅਸਾਰ ਹੋਰ ਟੈਲੀਵਿਜ਼ਨ ਲਾ ਲਿਆ ਅੱਜ ਕੱਲ੍ਹ ਤੇ ਸੌਖੀ ਫੜੇ ਹੋ ਗਏ ਨੇ ਐਸਾ ਹੱਥ 'ਚ ਜੰਤਰ ਫੜਿਆ
ਹਰਿਮੰਦਰ ਸਾਹਿਬ ਠੀਕ ਹੈ, ਕਈ ਲਾ ਲੈਂਦੇ ਨੇ, ਕਈ ਹੋਰ ਕੁਝ ਵੇਖੀ ਜਾਂਦੇ ਨੇ, ਪਰ ਸਤਸੰਗ ਜੀ ਅੱਜ ਤੇ ਘਰਾਂ ਚ ਬਹਿ ਕੇ ਵੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਰਹੇ ਨੇ, ਧੰਨ ਨੇ, ਨਹੀਂ ਤੇ ਸਾਡੇ ਸਥਾਨ ਬੰਦ ਹੋ ਗਏ ਨੇ। ਅਰਦਾਸ ਕਰੋ ਸਾਡੇ ਸਥਾਨ ਖੁੱਲ ਜਾਣ, ਅਸੀਂ ਤੁਹਾਡੇ ਦਰਸ਼ਨ ਕਰੀਏ, ਤੁਹਾਡੇ ਸਾਹਮਣੇ ਬਹਿ ਕੇ ਕੀਰਤਨ ਕਰੀਏ। ਸਤਸੰਗਤ ਜੀ ਦਾਸ ਤੇ ਹੀ ਅਰਦਾਸ ਕਰਦਾ, ਸਤਿਗੁਰੂ ਇਹ ਅਕਾਲ ਪੁਰਖ ਪਰਮਾਤਮਾ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਬਾਰ, ਅਸੀਂ ਤੇਰੇ ਗੁਰੂ ਤੇਰੇ ਸੇਵਕ ਹਾਂ, ਸਾਨੂੰ ਬਚਾਓ। ਇਹ ਅਕਾਲ ਪੁਰਖ ਪਰਮਾਤਮਾ ਸਾਰੇ ਸੰਸਾਰ ਨੂੰ ਬਚਾਓ। ਤੇ ਸਤਸੰਗਤ ਜੀ ਇਹ ਗੁਰੂ ਰਾਮਦਾਸ ਜੀ ਕਹਿੰਦੇ ਬਾਣੀ ਪੜ੍ਹਨ ਤੋਂ ਬਗੈਰ ਸ਼ਹੀਦ ਨਹੀਂ ਪੈਦਾ ਹੋ ਸਕਦਾ, ਜਿਹੜਾ ਬਾਣੀ ਪੜ੍ਹੇਗਾ ਉਹਦਾ ਹਿਰਦਾ ਪੱਕੇ ਪੱਕਾ ਹੋਏਗਾ। ਆਓ ਬਾਣੀ ਪੜ੍ਹਿਆ ਕਰੋ, ਆਓ ਸਾਰੇ ਰਲ ਕੇ ਇਹ ਸ਼ਬਦ ਪੜ੍ਹੀਏ ਜੀ।
हे करुणानिद गरीब नवाज ना दूसर तो सो पूरी
ਪੁਜਾਰੀ ਪੁਜਾਨ ਕੋ ਪਾਈ ਭਰੋਸੋ ਸਾਡੇ ਬਜ਼ੁਰਗਾਂ ਨੇ ਗੁਰੂ ਨਾਨਕ ਦਾ ਲਾਲ ਫੜਿਆ ਨਾ ਅਸੀਂ ਗੁਰੂ ਨਾਨਕ ਦੇ ਪੁਜਾਰੀ ਜੇ ਜ਼ਰੂਰ ਸਭ ਦੇ ਘਰ ਚੰਗੇ ਨੇ ਮੰਦਰ ਮਾੜਾ ਨਹੀਂ ਗਿਰਜਾ ਮਾੜਾ ਨਹੀਂ ਪਰ ਪੁੱਤਰ ਇੱਕ ਦੇ ਰਹਿਣੇ ਚਾਹੀਦੇ ਨੇ ਸਤਸੰਗ ਜੀਓ ਮੁਸਲਮਾਨ ਕੋਈ ਮਾੜੇ ਨਹੀਂ ਹੈ ਸਾਰਾ ਸੰਸਾਰ ਭੁੱਖ ਪਿਆ ਵਸਦਾ ਸਤਸੰਗ ਜੀਓ ਕਈ ਤਰ੍ਹਾਂ ਦੇ ਜੀਵ ਜੰਤੂ ਹਨ ਕਈ ਤਰ੍ਹਾਂ ਦੇ ਇਨਸਾਨ ਹਨ ਮਾੜੇ ਸਾਰੇ ਨਹੀਂ ਪਰ ਕਹਿੰਦੇ ਦੇਖੇ ਤਾਂ ਦਰਬ ਭਰੋਸੋ ਜਾਂ ਕਲਵੇ ਸਭ ਕਾਲ ਕਿਰਪਾਨ ਕੇ ਭਾਰੀ ਪੁਜਾਨ ਕੋ ਭਾਰੀ ਭਰੋਸੋ ਮੈਨੂੰ ਤੁਹਾਡੇ ਤੇ ਭਰੋਸਾ ਹੈ ਕਿਉਂ ਬਹੁਤ ਬਖਸ਼ਿਸ਼ ਕੀਤੀ ਸਮਾਂ ਬਖਸ਼ਿਆ ਇੰਜ ਬਖਸ਼ਦੇ ਆ ਰਿਹਾ ਜੀ ਸਤ ਸੰਗਤ ਜੀ ਮੈਨੂੰ ਡਾਕਟਰ ਨੇ 3 ਮਹੀਨੇ ਦੀ ਰੈਸਟ ਦੱਸੀ ਹੈ ਪਰ ਕੀਰਤਨ ਕਰਨਾ ਇਹ ਤੇ ਗੁਰੂ ਨਾਨਕ ਕਰਾਉਂਦੇ ਹਨ ਕਿਉਂਕਿ ਸਾਡੇ ਬਜ਼ੁਰਗ ਦੇ ਸਿਰ ਤੇ ਹੱਥ ਰੱਖਿਆ ਕਹਿਣ ਲੱਗੇ ਮਰਦਾਨਾ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਕਹਿਣ ਲੱਗੇ ਬਾਬਾ ਮੈਨੂੰ ਤੇ ਰਾਗ ਕੋਈ ਨਹੀਂ ਦੇ ਆਉਂਦਾ ਕਹਿਣ ਲੱਗੇ ਮੈਂ ਸਿਖਾਉਣਾ ਆਪਣੇ ਮੁਖਾਰਗਨ ਤੋਂ ਸਤ ਸੰਗਤ ਜੀ ਆਹ ਆਸਾ ਰਾਗ ਸਿਖਾਇਆ ਉਹ ਸਾਡੇ ਬਾਬਾ ਜੀ ਉਹਨਾਂ ਦੀ ਬਖਸ਼ਿਸ਼ ਨਾਲ ਉਹ ਗੁਰੂ ਨਾਨਕ ਦੀ ਕਿਰਪਾ ਨਾਲ ਅਸੀਂ ਕੀਰਤਨ ਕਰ ਰਹੇ ਹਾਂ ਇੱਕ ਵਾਰ ਤੁਸੀਂ ਗੱਜ ਕੇ ਆਖੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਿਹੜਾ ਸਵੇਰੇ ਉੱਠ ਕੇ ਧੰਨ ਗੁਰੂ ਨਾਨਕ ਕਹੇਗਾ ਉਹਦੇ ਨੇੜੇ ਕਰੋਨਾ ਨਹੀਂ ਜੇ ਲੱਗੇਗਾ ਫਿਰ ਕਿਸੇ ਨੂੰ ਰੋਣਾ ਨਹੀਂ ਪਏਗਾ ਜੇ ਗੁਰੂ ਨਾਨਕ ਕਹੋਗੇ ਤੇ ਫਿਕਰ ਨਾ ਕਰੋ ਕਰੋਨਾ ਕੁਝ ਵੀ ਨਹੀਂ ਗੁਰੂ ਨਾਨਕ ਦੇ ਸਿੱਖਾਂ ਅੱਗੇ ਕਿਉਂਕਿ ਗੁਰੂ ਨਾਨਕ ਸਾਡੇ ਸਿਰ ਤੇ ਹੱਥ ਰੱਖਦੇ ਹਨ ਸਤ ਸੰਗਤ ਜੀ ਆਪ ਜੀ ਨੇ ਸਾਡੇ ਤੇ ਮਿਹਰ ਭਰਿਆ ਹੱਥ ਰੱਖਣਾ ਕਿਉਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਘ ਕਿਰੇ ਹਮ ਤਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸੰਸੋਖ ਸੰਤਾਪੇ ਆਪ ਜੀ ਨੇ ਸਾਡੇ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨਾਲ ਅਸੀਂ ਕੀਰਤਨ ਦੇ ਅਸੀਂ ਸ਼ਬਦ ਦੇ ਲੜ ਲੱਗੇ ਹਾਂ ਤੇ ਸਤ ਸੰਗਤ ਜੀ ਤੁਸੀਂ ਸਾਡਾ ਖਿਆਲ ਰੱਖਣਾ ਅਸੀਂ ਆਪਣੇ ਆਪ ਨੂੰ ਗਰੀਬ ਨਹੀਂ ਕਹਿੰਦੇ ਕਿਉਂ ਕਿਉਂਕਿ ਸਭ ਤੋਂ ਵੀਰ ਆ ਸਾਨੂੰ ਐਡਾ ਵੱਡਾ ਵਿਰਸਾ ਮਿਲਿਆ ਸਾਨੂੰ ਕੀਰਤਨ ਝੋਲੀ ਪਿਆ ਅਸੀਂ ਕਿਉਂ ਗਰੀਬ ਹੋਈਏ ਕਹਿੰਦੇ ਗਰੀਬ ਉਹ ਹੋਏ ਜਿਹਦੇ ਸਿਰ ਤੇ ਹੱਥ ਰੱਖਣ ਵਾਲਾ ਕੋਈ ਨਾ ਹੋਵੇ ਉਹ ਜਿਸ ਦਾ ਸਾਹਿਬ ਡਾਡਾ ਹੋਵੇ ਤੇ ਸਾਨੂੰ ਮਾਰ ਨਾ ਸਕੇ ਕੋਈ ਸਾਹਿਬ ਕੀ ਸੇਵਕ ਰਹੇ ਸਰਨਾਏ ਆਪੇ ਬਖਸ਼ੇ ਦੇ ਵਡਿਆਈ ਤੇ ਵਡਿਆਈ ਉਹਨੂੰ ਮਿਲਦੀ ਹੈ ਜਿਹੜਾ ਸਰਨ ਆ ਜਾਏ ਜੋ ਸਰਨ ਆਏ ਤੇ ਸਕੰਟ ਲੈ ਸਤ ਸੰਗਤ ਜੀ ਆਪ ਜੀ ਨੇ ਜਿੱਥੇ ਸਰਨ ਆਏ ਹੈ ਤਿੱਥੇ ਰੱਖ ਲਏ ਹੈ ਬਿਨਾਂ ਸਰਨ ਤਾਂ ਕੀ ਨਹੀਂ ਔਰ ਓਟਨ ਜਿਖੇ ਜੰਤਰ ਕੇਤੇ ਪੜੇ ਮੰਤਰ ਕੋਟਨ ਸਤ ਸੰਗਤ ਜੀ ਬੜੇ ਬੜੇ ਮੰਤਰ ਦੁਨੀਆਂ ਨੇ ਲਿਖੇ ਨੇ ਪਰ ਗ੍ਰੰਥ ਸਾਹਿਬ ਦੇ ਆਊਟ ਆਸਰੇ ਚ ਜਿਹੜਾ ਰਹਿੰਦਾ ਉੱਤੇ ਮਿਹਰ ਬਖਸ਼ਿਸ਼ ਰਹਿੰਦੀ ਹੈ ਤੁਸੀਂ ਸਾਡਾ ਖਿਆਲ ਰੱਖਣਾ ਅਸੀਂ ਤੁਹਾਡੇ ਕੀਰਤਨੀਏ ਆ ਆਓ ਇਤਨੀ ਸੇਵਾ ਪ੍ਰਵਾਨ ਕਰਨੀ ਫਤਿਹ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।